ਪੁਰਾਣੀ ਗੱਡੀ ਦਾ ਜ਼ਿਆਦਾ ਕੋਈ ਰੌਲਾ ਵੀ ਨਹੀਂ ਪਾਉਂਦਾ ਕਿ ਚਲੋ ਹੁੰਦੀ 10-12 ਸਾਲ ਪੁਰਾਣੀ ਗੱਡੀ, ਮਾਲਿਕ ਨੂੰ ਵੀ ਹੁੰਦਾ ਕਿ ਚਲੋ ਇਹ ਗੱਡੀ ਚੱਲੀ 2 ਲੱਖ ਚੱਲੀ 3 ਲੱਖ ਚੱਲੀ ਤੇ ਨਵੀਂ ਉਹ ਇਹਨਾਂ ਤੋਂ ਜਿਹੜੀ ਸਾਰੀ ਗੱਡੀਆਂ ਦਾ ਸਾਨੂੰ ਕੋਈ ਵੀ ਗੱਡੀ ਪ੍ਰੋਪਰ ਰਿਕਵਰ ਨਹੀਂ ਹੋਈ ਕਿਉਂਕਿ ਇਹਨਾਂ ਨੇ ਉਹ ਸਾਰਾ ਜਿਹਦਾ ਇੰਜਨ ਕਿਸੇ ਨੂੰ ਵੇਚਤਾ, ਕਿਸੇ ਦਾ ਕੁਛ ਅਸਤੀ ਮਿਲੀ ਹੈ, ਕਿਸੇ ਦਾ ਕੁਛ ਪੰਜਰ ਮਿਲਿਆ, ਉਹ ਸਾਰੀ ਚੀਜ਼ਾਂ, ਕਿਸੇ ਨੇ ਨੇਮ ਪਲੇਟਸ ਮਿਲੀ ਹੈ, ਉਹ ਕਾਫੀ ਸਾਰੀ ਸਾਨੂੰ ਸਮਝਿਆ। VRS ਨਗਰ ਏਰੀਆ, ਕਿਚਲੂ ਨਗਰ, ਰਾਜਗੁਰੂ ਨਗਰ, ਟੈਗੋਰ ਨਗਰ, ਕੁਮਾਰ ਮੰਡੀ, ਉਹ ਚੋਰੀ ਲਈ ਯੂਜ਼ ਕਰਦੇ ਸੀ। ਨਹੀਂ ਨਹੀਂ ਨੰਬਰ ਉਹੀ ਲਾ ਕੇ ਯੂਜ਼ ਕਰ ਰਹੇ ਸੀ। ਲੁਧਿਆਣਾ ਪੁਲਿਸ ਨੇ ਇੱਕ ਬਹੁਤ ਵੱਡੇ ਕਾਰ ਚੋਰ ਗਰੋਹ ਦੇ 2 ਮੈਂਬਰਸ ਫੜਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ, ਜਿਨ੍ਹਾਂ ਨੇ ਕਿ ਤਕਰੀਬਨ ਪਿਛਲੇ 9-10 ਮਹੀਨਿਆਂ ਦੇ ਵਿੱਚ 26 ਦੇ ਕਰੀਬ ਚੋਰੀ ਦੀ ਵਾਰਦਾਤਾਂ ਲੁਧਿਆਣੇ ਦੇ ਵਿੱਚ ਕੀਤੀ ਸੀਗੀਆਂ। ਇਹਨਾਂ ਦਾ ਮੋਡਸ ਆਪਰੈਂਡੀ ਇਹ ਸੀ ਕਿ ਜਿਹੜਾ ਗਰੋਹ ਦਾ ਸਰਗਨਾ ਹੈ ਰਾਜਕੁਮਾਰ ਗੁਗਲਾਨੀ, ਇਹ ਮੋਗੇ ਦਾ ਰਹਿਣ ਵਾਲਾ ਹੈ ਐਂਡ ਕਬਾੜੀਏ ਦਾ ਕਬਾੜ ਦਾ ਕੰਮ ਕਰਦਾ ਹੈ, ਐਂਡ ਇਹਦਾ ਜਿਹੜਾ ਭਤੀਜਾ ਹੈ ਲਲਿਤ ਕੁਮਾਰ, ਇਹ ਦੋਨੋਂ ਮਿਲ ਕੇ ਸ਼ਾਮ ਨੂੰ 6 ਵਜੇ ਮੋਗੇ ਤੋਂ ਚੱਲਦੇ ਸੀ ਆਪਣੀ ਗੱਡੀ ਲੈ ਕੇ ਐਂਡ ਫਿਰ ਆਪਣੀ ਰੈਕੀ ਕਰਦੇ ਸੀ ਲੁਧਿਆਣੇ ਦੇ ਵਿੱਚ, ਐਂਡ ਜਿਹੜੀ ਵੀ ਗੱਡੀ ਘਰ ਦੇ ਬਾਹਰ ਲਵਾਰਿਸ਼ ਖੜ੍ਹੀ ਹੁੰਦੀ ਸੀ ਉਸਨੂੰ ਮਾਸਟਰ ਕੀ ਰਾਹੀਂ ਖੋਲ੍ਹ ਕੇ ਰਾਤ ਨੂੰ 12 ਵਜੇ, 1 ਵਜੇ, 2 ਵਜੇ ਜਿਸ ਹਿਸਾਬ ਨਾਲ ਵੀ